ਸਾਸਰੀਏ ਗਾਲ ਗਾਇਸ ਅੱਜ ਅਸੀਂ ਆਏ ਆ ਬੈਕਪੈਕਰਸ ਜੋ ਕਿ ਪੈਂਦਾ 8 ਸੈਕਟਰ ਚ ਚੰਡੀਗੜ੍ਹ ਸੋ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਜਦੋਂ ਐਂਟਰ ਸਾਡੀ ਹੋਈ ਨਾ ਐਂਬੀਅੰਸ ਇੰਨਾ ਘੈਂਟ ਸੀ ਨਾ ਬਸ ਤੁਸੀਂ ਮੇਰੇ ਤਾਂ ਐਂਬੀਅੰਸ ਤੇ ਜੀ ਆ ਗਿਆ ਬਈ ਇੰਨੀ ਘੈਂਟ ਜਗ੍ਹਾ ਸੋ ਮੈਂ ਫਸਟ ਟਾਈਮ ਹੀ ਆਇਆ ਸੀਗਾ ਸੋ ਸਭ ਤੋਂ ਪਹਿਲਾਂ ਸਾਨੂੰ ਸੀਟਿੰਗ ਮਿਲੀ ਜੋ ਸਾਨੂੰ ਸੀਟਿੰਗ ਮਿਲੀ ਅਸੀਂ ਬਹੁਤ ਵਧੀਆ ਜਗ੍ਹਾ ਤੇ ਬੈਠੇ ਜਿੱਥੋਂ ਸਾਰਾ ਐਂਬੀਅੰਸ ਸਾਨੂੰ ਪੂਰਾ ਕੈਫੇ ਦਿਖਦਾ ਸੀਗਾ ਸੋ ਅਸੀਂ ਹੁਣ ਆਂਦੇ ਇਹਨਾਂ ਦੇ ਮੈਨੂ ਤੇ ਮੈਨੂ ਬਹੁਤ ਕੈਂਟ ਤਰੀਕੇ ਦਾ ਸੀ ਮੈਨੂੰ ਬਹੁਤ ਡਿਫਰੈਂਟ ਲੱਗਿਆ ਸੋ ਇਹਨਾਂ ਦੇ ਜਿਹੜੇ ਨਾਮ ਸੀ ਨਾ ਜਿਹੜੇ ਇਮੋਸ਼ਨ ਸੀਗੇ ਬਹੁਤ ਮਹਿੰਗੇ ਸੀਗੇ ਇਹ ਗਾਇਸ ਨਾ ਟਰਾਈ ਕਰਿਓ ਕਿਉਂਕਿ ਅਸੀਂ ਵੀ ਟਰਾਈ ਨਹੀਂ ਕਰੇ ਉਸ ਤੋਂ ਬਾਅਦ ਅਸੀਂ ਹੈਲਸਿੰਕੀ ਪੀਤਾ ਤੇ ਵੈਸੇ ਟੋਕਿਓ ਮੇਰੀ ਫੇਵਰੇਟ ਸੀ ਬਟ ਚਲੋ ਕੋਈ ਗੱਲ ਨਹੀਂ ਮੇਰੇ ਯਾਰ ਦੋਸਤ ਕਹਿੰਦਾ ਹੈਲਸਿੰਕੀ ਮੰਗਾ ਲਨੇ ਆ ਸੋ ਉਸ ਤੋਂ ਆਪਣਾ ਫੇਵਰੇਟ ਸੀਗਾ ਪਾਸਤਾ ਪਾਸਤਾ ਆਰਡਰ ਕਰਨ ਤੋਂ ਬਾਅਦ ਇੱਕ ਕੈਪੂਚੀਨੋ ਆਰਡਰ ਕੀਤੀ ਉਸ ਤੋਂ ਬਾਅਦ ਸਾਡੇ ਪਾਸਤੇ ਤੇ ਮ ਉਹਨਾਂ ਨੇ ਸਿਰ ਲਾਇਆ ਸੀ ਪ੍ਰੈਜੈਂਟੇਸ਼ਨ ਵਾਲਾ ਮੈਂ ਤਾਂ ਕਹਿੰਨਾ ਕੌਫੀ ਵਾਲਾ ਜਿਹੜਾ ਕੱਪ ਸੀ ਨਾ ਓਏ ਹੋਏ ਗੱਲ ਬਾਤ ਸੋ ਇੱਕ ਕੀਤਾ ਪੀਜ਼ਾ ਆਰਡਰ ਸੋ ਹੁਣ ਤੁਹਾਨੂੰ ਅਸੀਂ ਖਾ ਕੇ ਦੱਸਦੇ ਕਿਵੇਂ ਲੱਗਿਆ ਪਾਸਤਾ ਦਾ ਬਹੁਤ ਮੈਂ ਕਹਿੰਨਾ ਕਿ ਸਿਰਾ ਹੋ ਗਿਆ ਔਰ ਜਿਹੜੀ ਕੌਫੀ ਸੀ ਕਿ ਮੇਰੀ ਕੈਪੇਚੀਨੋ ਉਹ ਵੀ ਕੈਂਡ ਸੀਗੀ ਲੇਕਿਨ ਗਾਇਸ ਇਹਨਾਂ ਜਿਹੜਾ ਪੀਜ਼ਾ ਸੀ ਨਾ ਉਹ ਓਕੇ ਓਕੇ ਸੀਗਾ ਮੈਂ ਤੁਹਾਨੂੰ ਐਵੇਂ ਕਹਦਾ ਕਿ ਪੀਜ਼ਾ ਬਹੁਤ ਵਧੀਆ ਸੀਗਾ ਸੋ ਨਹੀਂ ਪੀਜ਼ਾ ਨਾ ਟਰਾਈ ਕਰਿਓ ਉਸ ਤੋਂ ਬਾਅਦ ਜਿਹੜਾ ਸਾਡਾ ਬਿੱਲ ਆ ਉਹ ਵੀ ਓਕੇ ਓਕੇ ਸੀਗਾ ਮਤਲਬ ਤੁਸੀਂ ਦੇਖ ਸਕਦੇ ਇੰਨਾ ਕ ਬਿੱਲ ਬਣਿਆ ਸੀਗਾ ਬਾਕੀ ਐਂਡ ਹੋ ਗਿਆ ਇੱਕ ਵਾਰ ਜ਼ਰੂਰ ਜਾ ਕੇ ਆਇਓ ਤੁਹਾਨੂੰ ਵਾਈਬ ਬਹੁਤ ਘੈਂਟ ਲੱਗੂਗੀ ਥੈਂਕ ਯੂ ਸੋ ਮੱਚ ਗਾਇਜ਼